ਸਾਰਿਆਂ ਦਾ ਧੰਨਵਾਦ। ਬੈਠਣ ਦੀ ਕਿਰਪਾਲਤਾ ਕਰਨ ਸਾਧੋ ਪੰਥ ਤੇ ਹੋਰ ਵੀ ਜੋ ਬੁਲਾਰੇ ਭੈਣਾਂ ਆਪਣਾ ਨਾਮ ਪਠਾਣ ਆ ਰਹੀਆਂ ਨੇ ਉਹਨਾਂ ਨੂੰ ਸੌਂਪ ਹੋ ਸਕੇ ਮੇਰੀ ਇਹ ਬੇਨਤੀ ਆ। ਹੁਣ ਭੱਜ ਕੇ ਪਿੱਛੇ ਦੇ ਅੱਗੇ ਚੱਲਾਂਗੇ, ਦਿੱਲੀਆਂ ਤਾਂ ਚੱਲਾਂਗੇ ਕਿਸੇ ਕੋਈ ਬਾਤ ਨਹੀਂ। ਵੂਮੈਨ ਡੇ ਦਾ ਮਤਲਬ ਆ ਕਿ ਸਾਰੀਆਂ ਇਸਤਰੀਆਂ ਦੀ ਇੱਕੋ ਜਿਹੀ ਪਹਿਚਾਣ ਹੋਵੇ ਦੁਨੀਆ ਵਿੱਚ ਅਤੇ ਇੱਕ ਅਹਿਮੀਅਤ ਦੀ ਸਥਾਨ ਨੂੰ ਪ੍ਰਗਟ ਕਰ ਲਓ। ਸਿਰਫ ਇੱਥੇ ਬਹੁਤ ਹੀ ਜ਼ਿਆਦਾ ਇਕੱਠ ਆ ਅਤੇ ਜ਼ਿਆਦਾਤਰ ਵੂਮੈਨਸ ਹੀ ਦੇਖ ਰਹੀਆਂ ਨੇ। ਮੈਨੂੰ ਕਿਸਾਨੀ ਅੰਦੋਲਨ ਚੱਲ ਰਿਹਾ, ਕੀ ਕਹਿਣਾ ਚਾਹੋਗੇ? ਕਿਸਾਨੀ ਅੰਦੋਲਨ ਵਿੱਚ ਇਹੀ ਕਹਿਣਾ ਚਾਹੂੰਗੀ ਕਿ ਸਾਡੀ PM ਮੋਦੀ ਜੀ ਨੂੰ ਬੇਨਤੀ ਹੈ ਕਿ ਉਹ ਇੱਕ MSP ਕਾਨੂੰਨ ਨੂੰ ਲਾਗੂ ਕਰ। ਵੂਮੈਨ ਡੇ ਇੱਕ ਖੁਸ਼ੀ ਦਾ ਤਿਉਹਾਰ ਸੀ, ਪਰ ਅੱਜ ਅਸੀਂ ਇੱਥੇ ਸਭ ਕੁਝ ਦੇ ਕੇ ਕਿੰਨੇ ਦਿਨਾਂ ਤੋਂ ਸਾਡੇ ਕਿਸਾਨ ਭਰਾ ਬਜ਼ੁਰਗ ਸਾਰੇ ਇੱਥੇ ਅੰਦੋਲਨ ਲਾ ਰਹੇ ਆ ਕਿ ਹਜੇ ਤੱਕ ਮੋਦੀ ਸਰਕਾਰ ਨੇ MSP ਕਾਨੂੰਨ ਗਰੰਟਡ ਨਹੀਂ ਕੀਤਾ। ਸਾਨੂੰ ਇਸ ਦਾ ਬਹੁਤ ਦੁੱਖ ਹੈ, ਸਾਡਾ ਹੱਕ ਆ ਕਿ ਅਸੀਂ ਇਹਨਾਂ ਨਾਲ ਖੜੀਏ, ਕਿਉਂਕਿ ਇਹ ਕਿਸਾਨੀ ਅੰਦੋਲਨ ਸਾਡੇ ਲਈ ਵੀ ਹੈ ਕਿਤੇ ਨਾ ਕਿਤੇ, ਸਾਨੂੰ ਵੀ ਇਸ ਦੀ ਲੋੜ ਹੈ, ਤਾਂ ਕਰਕੇ ਇਸ ਲਈ ਸਾਨੂੰ ਨਾਲ ਖੜਨਾ ਬਹੁਤ ਜ਼ਰੂਰੀ ਹੈ। ਬਹੁਤ ਦੁੱਖ ਹੈ ਕਿ ਮੋਦੀ ਸਰਕਾਰ ਨੇ ਸਾਡੀਆਂ ਮੰਗਾਂ ਹਜੇ ਤੱਕ ਮੰਨੀਆਂ ਨਹੀਂ। ਸਾਡੀ ਬਹੁਤ ਵੱਡੀ ਮਤਲਬ ਰਿਕੁਐਸਟ ਹੈ ਕਿ ਮੋਦੀ ਸਰਕਾਰ MSP ਕਾਨੂੰਨ ਗਰੰਟਡ ਕਰੇ ਤਾਂ ਕਿ ਸਾਡੇ ਕਿਸਾਨ ਭਰਾ ਅਤੇ ਬਜ਼ੁਰਗ ਵਾਪਸ ਜਾ ਸਕਣ ਆਪਣੇ ਘਰਾਂ ਨੂੰ। ਜੇ ਅਸੀਂ ਇਹ ਵੂਮੈਨ ਡੇ ਖੁਸ਼ੀ ਨਾਲ ਮਨਾ ਰਹੇ ਹੁੰਦੇ ਤਾਂ ਅਸੀਂ ਆਪਦੇ ਪੰਜਾਬ ਦੇ ਪਿੰਡਾਂ ਦੇ ਵਿੱਚ ਮਨਾ ਲੈਣਾ ਸੀਗਾ, ਪਰ ਜਿਹੜਾ ਅੱਜ ਦਾ ਜਿਹੜਾ ਸਾਡਾ ਵੂਮੈਨ ਡੇ ਹੈ ਇਹ ਸਰਕਾਰਾਂ ਦੇ ਤਪਾਏ ਹੋਏ, ਅਸੀਂ ਜਿਹੜਾ ਸੜਕਾਂ 'ਤੇ ਬੈਠ ਕੇ ਅਸੀਂ ਸੈਂਟਰ ਗੌਰਮੈਂਟ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹ ਇੱਥੇ ਇਕੱਲੇ ਵੀਰ ਨਹੀਂ ਹੈਗੇ ਕਿਸਾਨ ਵੀਰ, ਇਹ ਭੈਣਾਂ ਜਿਹੜੀਆਂ ਹੈਗੀਆਂ ਅਸੀਂ ਸਾਰੀਆਂ ਵੀਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀਆਂ। ਜਿਹੜੀ ਸਾਡੀ ਇੱਥੇ ਗਿਣਤੀ ਹੈ ਭੈਣਾਂ ਦੀ ਅੱਜ ਚਾਹੇ ਬਹੁਤ ਥੋੜ੍ਹੀ ਹੈ, ਅਸੀਂ ਭੈਣਾਂ ਨੂੰ ਨਹੀਂ ਜ਼ਿਆਦਾ ਕਿਹਾ ਸੀਗਾ ਵੀ ਤੁਸੀਂ ਉੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਣਾ ਹੈ, ਪਰ ਜਿਹੜੀ ਸਾਡੀ 50% ਤਾਕਤ ਭੈਣਾਂ ਦੀ ਹਜੇ ਘਰੇ ਬੈਠੀ ਹੈ, ਅਸੀਂ ਸੈਂਟਰ ਗੌਰਮੈਂਟ ਨੂੰ ਦਿਖਾਉਣਾ ਚਾਹੁੰਦੇ ਹਾਂ ਵੀ ਇਹ ਮਾਈ ਭਾਗੋ ਦੀਆਂ ਵਾਰਸਾਂ ਸੀ, ਸਾਡੀ ਨਾਰੀ ਸ਼ਕਤੀ ਜਿਹੜੀ ਹੈਗੀ ਆ ਇਹ ਵੀ ਸੰਘਰਸ਼ਾਂ ਦੇ ਵਿੱਚ ਕੁੱਦ ਪਈ ਹੈ। ਦੇਖੋ ਜਿਹੜੀ ਸਟੇਜ ਦੀ ਤੁਸੀਂ ਗੱਲ ਕਰੀਏ ਵੀ ਲੇਡੀਜ਼ ਚਲਾ ਰਹੀਆਂ ਨੇ, ਇਹ ਹਰ ਰੋਜ਼ ਜਿਹੜੇ ਸਾਡੇ ਵੀਰ ਆ ਸਟੇਜ ਚਲਾਉਂਦੇ ਆ, ਇਹ ਜਿਵੇਂ ਇੱਥੇ ਰਹਿੰਦੇ ਆ, ਜਿਹੜੀਆਂ ਅਸੀਂ ਭੈਣਾਂ ਅਸੀਂ ਘਰ ਵੀ ਸੰਭਾਲਣਾ ਹੁੰਦਾ, ਅਸੀਂ ਬੱਚੇ ਵੀ ਸੰਭਾਲਣੇ ਹੁੰਦੇ ਆ। ਜਿਹੜਾ ਅੱਜ ਦਾ ਦਿਨ ਹੈ 8 ਮਾਰਚ ਦਾ, ਇਹ ਭੈਣਾਂ ਦਾ ਦਿਨ ਹੈ, ਜਿਵੇਂ ਭੈਣਾਂ ਮਹਿਲਾ ਦਿਵਸ ਮਨਾਉਂਦੀਆਂ ਨੇ ਤਾਂ ਭੈਣਾਂ ਨੂੰ ਇਹ ਅੱਜ ਦਾ ਦਿਨ ਦਿੱਤਾ ਗਿਆ ਵੀ ਤੁਸੀਂ ਜਿਹੜੇ ਤੁਹਾਡੇ ਅੰਦਰ ਬਲਬਲੇ ਆ ਸਰਕਾਰ ਪ੍ਰਤੀ ਉਹਨਾਂ ਨੂੰ ਤੁਸੀਂ ਬਾਹਰ ਕੱਢੋ।